ਪਿਆਰੇ ਬੱਚਿਓ, ਮੰਗ ਸੀ ਤੂੰ ਸਭ ਦੀ ਕਿ ਜਮਾਤ 9ਵੀਂ ਦਾ ਪੇਪਰ ਲੈ ਕੇ ਆਇਆ ਜਾਵੇ। ਉਸੇ ਕਾਰਨ ਲੈ ਕੇ ਆ ਚੁੱਕੇ ਹਾਂ ਜਮਾਤ 9ਵੀਂ ਪੇਪਰ ਪੰਜਾਬੀ ਏ। ਤਾਂ ਦੇਖੋ ਤੁਸੀਂ ਸਭ ਸਾਰੇ ਇਸਦਾ ਇੰਤਜ਼ਾਰ ਜ਼ਰੂਰ ਕਰ ਰਹੇ ਹੋਵੋਗੇ, ਪਰ ਇੱਕ ਗੱਲ ਦੱਸ ਦਿੰਦੇ ਹਾਂ ਕਿ ਇਹ ਜੋ ਹੁਣ ਵੀ ਮੈਂ ਪੇਪਰ ਪਾ ਰਿਹਾ ਹਾਂ, ਇਸਦੇ ਹੋ ਸਕਦੇ ਨੇ ਕਿ ਇਹ 50% ਚਾਂਸ ਹੈ ਕਿ ਇਹ ਤੁਹਾਡੇ ਪੇਪਰ ਦੇ ਵਿੱਚ ਆ ਜਾਵੇ। ਨਹੀਂ ਤਾਂ ਤੁਸੀਂ ਜੋ ਮੈਨੇ ਕੱਲ੍ਹ ਸੈਂਪਲ ਪੇਪਰ ਪਾਇਆ ਉਹ ਵੀ ਦੇਖ ਕੇ ਜਾਣਾ ਹੈ ਅਤੇ ਕੱਲ੍ਹ ਦੀ ਪ੍ਰੀਪਰੇਸ਼ਨ ਵੀ ਦੇਖ ਕੇ ਜਾਣੀ ਹੈ, ਕਿਉਂਕਿ ਪਿਆਰੇ ਬੱਚਿਓ ਜੇ ਤੁਸੀਂ ਪ੍ਰੀਪਰੇਸ਼ਨ ਵਾਲੀ ਵੀਡੀਓ ਦੇਖ ਲਈ ਫਿਰ ਤਾਂ ਤੁਹਾਡੇ ਮਾਰਕਸ ਅੱਛੇ ਆ ਜਾਣਗੇ। ਅਤੇ ਜੇ ਇਹ ਪੇਪਰ ਬਾਏ ਚਾਂਸ 50% ਹੋ ਸਕਦਾ ਨੇ ਕਿ ਇਹ ਪੇਪਰ ਆ ਜਾਵੇ, ਇਸ ਦੇ ਵਿੱਚੋਂ ਕੁਸ਼ਚਨ ਆ ਜਾਣ, ਹੋ ਸਕਦਾ ਹੈ ਕਿ 70% ਵੀ ਆ ਜਾਵੇ, 100% ਵੀ ਆ ਸਕਦਾ ਹੈ ਅਤੇ 20% ਵੀ ਆ ਸਕਦਾ, ਐਵੇਂ ਵੀ ਹੋ ਸਕਦਾ। ਪਰ ਜਿੰਨਾ ਮੈਨੂੰ ਲੱਗਦਾ ਕਿ 50% ਚਾਂਸ ਨੇ, ਤਾਂ ਤੁਸੀਂ ਇਸ ਨੂੰ ਪੂਰੀ ਜ਼ਰੂਰ ਦੇਖਿਓ। ਦੇਖੋ ਤੁਸੀਂ ਸਭ ਨੇ ਮੰਗ ਕੀਤੀ ਸੀ ਤਾਂ ਅਸੀਂ ਲੈ ਕੇ ਆ ਰਹੇ ਹਾਂ। ਤਾਂ ਪਿਆਰੇ ਬੱਚਿਓ, ਜਿਨ੍ਹਾਂ ਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਅਗਲੇ ਪੇਪਰ ਦੇਖਣ ਵਾਸਤੇ, ਉਹ ਵੀ ਸਬਸਕ੍ਰਾਈਬ ਕਰੋ। ਤਾਂ ਚਲੋ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾ ਪ੍ਰਸ਼ਨ, ਸੁੰਦਰ ਲਿਖਾਈ। ਕਈ ਸਟੂਡੈਂਟ ਕਹਿ ਰਹੇ ਸੀ ਕਿ ਸੁੰਦਰ ਲਿਖਾਈ ਦੇ ਮਾਰਕਸ ਇਸ ਵਾਰ ਨਹੀਂ ਮਿਲਣਗੇ, ਪਰ ਮਿਲਣਗੇ, ਸਿਰਫ ਪੰਜਾਬੀ ਵਿੱਚ ਮਿਲਣਗੇ। ਕੁੱਲ ਅੰਕ 65 ਵਾਲਾ ਪੇਪਰ ਹੁੰਦਾ ਹੈ ਪੰਜਾਬੀ ਦਾ, ਇਹ ਪੰਜਾਬੀ ਏ, ਕਿਉਂਕਿ ਪੰਜਾਬੀ ਬੀ ਵੀ ਹੋਵੇਗਾ। ਸਾਰੇ ਪ੍ਰਸ਼ਨ ਲਾਜ਼ਮੀ ਹੋਣ। ਹੁਣ ਦੇਖੋ ਬੱਚੇ ਮੰਗ ਕਰ ਰਹੇ ਸੀ ਜਲਦੀ ਤੋਂ ਜਲਦੀ, ਤਾਂ ਮੈਂ ਬਿਨਾਂ ਆਨਸਰਸ ਲੱਭੇ ਇਹਨਾਂ ਦੇ ਉੱਤਰ ਲੈ ਕੇ ਆਇਆ ਹਾਂ। ਸਮਾਂ ਕਵਿਤਾ ਕਿਸਦੀ ਰਚਨਾ ਹੈ ਤਾਂ ਭਾਈ ਵੀਰ ਸਿੰਘ, ਵੈਸੇ ਇਹ ਤਾਂ ਪਤਾ ਹੀ ਹੈ। ਵਿਸਾਖੀ ਦੇ ਮੇਲੇ ਵਾਲੇ ਦਿਨ ਕਿਹੜੀ ਫਸਲ ਪੱਕ ਜਾਂਦੀ ਹੈ? ਤਾਂ ਕੀੜੀ। ਕਿਹੜੀ ਕਵੀ ਇਸਦਾ ਆਵੇਗਾ? ਕਣਕ। ਉੱਪਰਲੇ ਪ੍ਰਸ਼ਨ ਦਾ ਆਵੇਗਾ ਕਣਕ ਇਸ ਉੱਤਰ। ਕਿਹੜੀ ਕਵਿਤਾ ਕਿਸਦੀ ਰਚਨਾ ਹੈ ਤਾਂ ਇਹ ਦੱਸ ਦੇਣਾ ਹੈ। ਬੱਚਿਆਂ ਦਾ ਆਰਡਰ ਕਿਸਦੀ ਰਚਨਾ ਹੈ? ਜਨਮਦਿਨ ਕਹਾਣੀ ਕਿਸ ਨੇ ਲਿਖੀ ਹੈ? ਜੁਗਲ ਪ੍ਰਸ਼ਾਦ ਅਤੇ ਦੇਵਕੀ ਦੇ ਕਿੰਨੇ ਬੱਚੇ ਸਨ? ਪ੍ਰੋਫੈਸਰ ਪੂਰਨ ਸਿੰਘ ਦੀ ਲਿਖੀ ਹੋਈ ਕਿਸੇ ਇੱਕ ਕਵਿਤਾ ਦਾ ਨਾਂ ਲਿਖੋ। ਗੋਮੁਖ ਸ਼ੇਰਮੁਖਾ ਇਕਾਂਗੀ ਕਿਸਨੇ ਲਿਖੀ ਹੈ? ਗੁਰੂ ਨਾਨਕ ਦੇਵ ਜੀ ਦੀ ਭੈਣ ਦਾ ਕੀ ਨਾਂ ਸੀ? ਬੰਤੇ ਦੇ ਵਾਲ ਕਿਸਨੇ ਕਟਵਾ ਦਿੱਤੇ ਸਨ? ਤਾਂ ਪਿਆਰੇ ਬੱਚੇ, ਇਹ ਆਪਣੇ ਤੀਜੇ ਪ੍ਰਸ਼ਨ ਤੱਕ ਹੋ ਚੁੱਕੇ ਹਨ। ਤੀਜਾ ਪ੍ਰਸ਼ਨ ਕਰਦੇ ਹਾਂ। ਹੇਠ ਲਿਖਿਆ ਕਾਵਿ ਸੁਤਰਾ ਵਿੱਚੋਂ ਕਿਸੇ ਦੋ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ। ਰਾਤ ਉਰਦਾ ਅਸਮਾਨੀ ਤਾਰਾ ਵਾਲਾ ਇਹ ਪੈਰਾ ਹੈ, ਇਸਦੀ ਤੁਸੀਂ ਪ੍ਰਸੰਗ ਸਹਿਤ ਵਿਆਖਿਆ ਕਰ ਸਕਦੇ ਹੋ। ਅੱਗੇ ਐੜਾ, ਪਿਆਰ ਦਾ ਨਾਮ ਇੰਨਾ ਸਿੱਖਿਆ, ਇਸਦੀ ਤੁਸੀਂ ਕਰ ਸਕਦੇ ਹੋ। ਈੜੀ, ਜੇ ਗਲਤ ਫਹਿਮੀਆ ਤਜਵੰਦਾ ਤਾਂ ਇਹ ਵੀ ਤੁਸੀਂ ਕਰ ਸਕਦੇ ਹੋ। ਅੱਗੇ ਚੱਲਦੇ ਹਾਂ। ਚਾਰ, ਕੋਈ ਇੱਕ ਕੇਂਦਰੀ ਭਾਵ ਲਿਖੋ, ਬਿਰਛ ਜਾਂ ਇੱਕ ਪਿਆਲਾ ਪਾਣੀ, ਤਾਂ ਇਹਨਾਂ ਦੋਨਾਂ ਵਿੱਚੋਂ। ਅੱਗੇ ਚੱਲਦੇ ਹਾਂ। ਪੰਜਵਾਂ, ਕੋਈ ਇੱਕ ਲੇਖ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ, ਗਲੀ ਵਿੱਚ ਜਾਂ ਢੋਲ ਟਮੱਕਾ। ਅੱਗੇ ਚੱਲਦੇ ਹਾਂ। ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਕੋਈ ਦੋ ਪ੍ਰਸ਼ਨ ਕਰੋ, ਤਾਂ ਕੋਈ ਵੀ ਦੋ ਪ੍ਰਸ਼ਨ ਕਰਨੇ ਹਨ। ਊੜਾ, ਜੰਗਲ ਦੇ ਜਾਨਵਰ ਨੰਗੇ ਪੈਰ ਦੀ ਆਹਾਂ ਦੂਰੋਂ ਕਿਉਂ ਸੁਣ ਲੈਂਦੇ ਹਨ? ਐੜਾ, ਸੁਲਤਾਨਪੁਰ ਰਹਿੰਦੇ ਆ ਗੁਰੂ ਨਾਨਕ ਦੇਵ ਜੀ ਦਾ ਨਿਤਨੇਮ ਕਰਮ ਕੀ ਸੀ? ਪਾਂਡਾ ਭੋਲਿਆਂ ਭਾਲੀਆਂ ਔਰਤਾਂ ਨੂੰ ਕਿਵੇਂ ਵਰਗਲਾ ਕੇ ਲੁੱਟਦਾ ਹੈ? ਵੱਡਿਆਂ ਦਾ ਆਦਰ ਕਿਵੇਂ ਕਰਨਾ ਚਾਹੀਦਾ ਹੈ? ਤਾਂ ਇਹ ਹੋ ਜਾਵੇਗਾ ਸੱਤਵਾਂ। ਕਿਸੇ ਇੱਕ ਕਹਾਣੀ ਦਾ ਸਾਰ 150 ਸ਼ਬਦਾਂ ਵਿੱਚ ਲਿਖੋ, ਜਨਮਦਿਨ ਜਾਂ ਮੁਰਕੀਆਂ। ਦੇਖੋ ਜਨਮਦਿਨ ਮੈਨੇ ਕਿਹਾ ਸੀ ਕਿ ਸਭ ਤੋਂ ਇੰਪੋਰਟੈਂਟ ਹੈ, ਇਸਦਾ ਸਾਰ ਜ਼ਰੂਰ ਆ ਸਕਦਾ ਹੈ। ਪਿਛਲੇ ਸੈਂਪਲ ਪੇਪਰ ਵਿੱਚ ਵੀ ਸੀ, ਇਸ ਵਿੱਚ ਵੀ ਹੈ, ਤਾਂ ਦੇਖ ਹੀ ਸਕਦੇ ਤੁਸੀਂ। ਅੱਠ ਪ੍ਰਸ਼ਨ, ਹੇਠ ਦਿੱਤੇ ਪ੍ਰਸ਼ਨਾਂ ਵਿੱਚੋਂ ਕੋਈ ਦੋ ਪ੍ਰਸ਼ਨ ਕਰੋ, ਮਾਂ ਨੂੰ ਆਪਣੀਆਂ ਮੁਰਕੀਆਂ ਬਾਰੇ ਪੁੱਤਰਾਂ 'ਤੇ ਕੀ ਸ਼ੱਕ ਸੀ? ਸਕੂਲ ਦੀ ਪ੍ਰਿੰਸੀਪਲ ਨੇ ਜੁਗਲ ਪ੍ਰਸ਼ਾਦ ਨੂੰ ਵਧਾਈ ਕਿਉਂ ਦਿੱਤੀ? ਪੜ੍ਹਾਈ ਦੇ ਨਾਲ ਨਾਲ ਬਸ਼ੀਰਾ ਸਕੂਲ ਦੀਆਂ ਹੋਰ ਕਿਹੜੀਆਂ ਕਿਰਿਆਵਾਂ ਵਿੱਚ ਹਿੱਸਾ ਲੈਂਦਾ ਸੀ? ਫੁੱਟਬਾਲ ਖੇਡ ਰਹੇ ਬਸ਼ੀਰੇ ਨੂੰ ਦੇਖ ਕੇ ਲੇਖਕ ਕੀ ਮਹਿਸੂਸ ਕਰਦਾ ਹੈ? ਨੌਵਾਂ ਪ੍ਰਸ਼ਨ, ਕਿਸੇ ਇੱਕ ਪਾਤਰ ਚਿੱਤਰ ਨੂੰ ਲਗਭਗ 150 ਸ਼ਬਦਾਂ ਵਿੱਚ ਲਿਖੋ,
ਕਿਸ਼ਨ ਦੇਈ ਗਊਮੁਖ ਸ਼ੇਰਮੁਖ ਯਾਦ ਸੱਜਣ ਪਰਤਾਉਣ ਤੱਕ। ਦਸਵਾਂ ਪ੍ਰਸ਼ਨ ਹੇਠ ਲਿਖੇ ਵਾਰਤਾਲਾਪਾਂ ਤੋਂ ਰਿਲੇਟਡ ਇਹ ਪ੍ਰਸ਼ਨ ਹਨ, ਤਾਂ ਇਹ ਵੀ ਤੁਸੀਂ ਇੱਕ ਵਾਰ ਕਰ ਲਿਓ, ਵੀਡੀਓ ਪੋਜ਼ ਕਰਕੇ ਇਸ ਨੂੰ ਦੇਖ ਲਿਓ। ਪਿਆਰੇ ਬੱਚੋ ਦੇਖੋ, ਪੱਕਾ ਨਹੀਂ ਹੋ ਸਕਦਾ ਕਿ ਇਹ ਰੀਅਲ ਪੇਪਰ ਹੋਵੇ, ਪਰ ਅੱਗੇ ਵਾਲੇ ਪੇਪਰ ਵੀ ਅਸੀਂ ਪਾਉਂਦੇ ਰਹਾਂਗੇ, ਤਾਂ ਉਹਨਾਂ ਨੂੰ ਵੀ ਜ਼ਰੂਰ ਚੈੱਕ ਕਰਿਓ। ਅਤੇ ਇਸ ਦਾ ਤਾਂ ਹੋ ਹੀ ਸਕਦਾ ਨਹੀਂ ਕਿ 50% ਚਾਂਸ ਇਹ ਤੁਹਾਡੇ ਪੇਪਰ ਦੇ ਵਿੱਚ ਆ ਜਾਵੇ। ਜੋ ਮੈਨੇ ਤਿਆਰੀ ਵਾਲੀ ਵੀਡੀਓ ਪਾਈ ਸੀ ਦੇਖੋ, ਉਸ ਦੇ ਵਿੱਚ ਤਾਂ ਪੱਕੇ ਕੁਸ਼ਚਨਸ ਆਉਣਗੇ, ਤਾਂ ਉਹ ਤਾਂ ਕਹਿ ਹੀ ਸਕਦੇ ਆਪਾਂ। ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਇਹ ਤੁਸੀਂ ਦੇਖ ਸਕਦੇ ਹੋ। ਅਤੇ ਅੱਗੇ ਕੋਈ 3 ਪ੍ਰਸ਼ਨ ਕਰਨੇ ਹਨ ਤਾਂ ਉੜਾ ਪ੍ਰਸ਼ਨ ਪ੍ਰਸ਼ਨ ਬੰਤਾ ਆਪਣੀ ਪਤਨੀ ਤੋਂ ਚਾਹ ਦੀ ਥਾਂ ਬੈੱਡ ਟੀ ਦੀ ਮੰਗ ਕਿਉਂ ਕਰਦਾ ਹੈ? ਇਹ ਪ੍ਰਸ਼ਨ ਹੈ। ਬੰਤੇ ਦਾ ਸਵੇਰੇ 6 ਵਜੇ ਕਿੱਥੇ ਪਹੁੰਚਣ ਦਾ ਪ੍ਰੋਗਰਾਮ ਸੀ ਅਤੇ ਕਿਉਂ? ਬੰਤਾ ਪੜ੍ਹਨ ਤੋਂ ਕਿਉਂ ਹਟ ਗਿਆ ਸੀ? ਬੰਤੇ ਨੇ ਆਪਣਾ ਪਿੰਡ ਕਿਉਂ ਛੱਡ ਦਿੱਤਾ ਸੀ? ਬੰਤਾ ਖੇਤ ਮਜ਼ਦੂਰ ਤੋਂ ਰਿਕਸ਼ਾ ਚਾਲਕ ਕਿਵੇਂ ਬਣਿਆ? ਬੰਤੇ ਨੇ ਚਪੜਾਸੀ ਦੀ ਨੌਕਰੀ ਕਿਉਂ ਛੱਡੀ? ਤਾਂ ਪਿਆਰੇ ਬੱਚੇ, ਇਹ ਤੁਹਾਡਾ ਪੇਪਰ ਹੋ ਚੁੱਕਿਆ ਹੈ, ਤਾਂ ਸਬਸਕ੍ਰਾਈਬ ਕਰ ਦਿਓ ਮੇਰੇ ਚੈਨਲ ਨੂੰ, ਅਤੇ ਨਾਲ ਨਾਲ ਹੀ ਦੇਖੋ ਨੀਚੇ ਕਮੈਂਟ ਸੈਕਸ਼ਨ ਵਿੱਚ ਵੀ ਥੈਂਕਸ ਜ਼ਰੂਰ ਲਿਖ ਦਿਓ। ਧੰਨਵਾਦ ਅੱਜ ਦੀ ਵੀਡੀਓ ਦੇਖਣ ਦੇ ਲਈ।